ਜੀ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਨਾ ਸਾਰੇ ਠੀਕ ਠਾਕ ਹੋ ਤੇ ਆਪਣਾ ਦੋਸਤੋ ਦਮਾਂਦੇ ਆ ਗਿਆ ਜੀ ਆਪਣਾ ਅਸੇਨੀਓ ਉਨੀ ਕੋ ਫਿਲੀ ਉਹਦੇ ਦਮਾਂਦੇ ਦਾ ਤਰੀਕਾ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਉਸ ਤੋਂ ਪਹਿਲੇ ਇੱਕ ਅਰਜ਼ੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਕਰ ਲਓ ਫਟਾਫਟ ਕਰ ਲਓ ਦੋਸਤੋ ਤੇ ਇਹ ਵੀਡੀਓ ਜਿਹੜੀ ਹੈ ਨਾ ਆਪਣੇ ਦੋਸਤਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਜਿਹੜੇ ਵੀ ਇਟਲੀ ਦੇ ਵਿੱਚ ਨੇ ਉਹਨਾਂ ਤੇ ਨਾਲ لازਮੀ ਮੇਰਾ ਵੀਰ ਸ਼ੇਅਰ ਕਰਿਓ ਠੀਕ ਹੈ ਬੇਸ਼ੱਕ ਛੋਟੇ-ਛੋਟੇ ਕਲਿੱਪ ਬਣਾ ਕੇ ਤੁਸੀਂ ਸ਼ੇਅਰ ਕਰ ਦਿਓ ਠੀਕ ਹੈ ਤੇ ਦੋਸਤੋ ਆਪਣਾ ਇਧਰ ਲਈ ਤੁਹਾਨੂੰ ਪਤਾ ਕਿ ਈਜ਼ੀ لازਮੀ ਨੇ ਠੀਕ ਹੈ ਅਗਰ ਤੁਹਾਡੇ ਕੋਲ ਪਿਛਲੇ ਸਾਲ ਦਾ ਵੀ ਈਜ਼ੀ ਪੇ ਨੇ ਲੇਕਿਨ ਉਹ ਵੈਲਿਡ ਨੇ ਠੀਕ ਹੈ ਵੈਲਿਡ ਨੇ ਯਾਨੀ ਕਿ ਉਹਨਾਂ ਦੀ ਡੇਟ ਹੈ ਜੇ ਤੇ ਫਿਰ ਮੇਰਾ ਦੋਸਤੋ ਤੁਸੀਂ ਇਹ ਦਮਾਂਦਾ ਕਰ ਸਕਦੇ ਜੇ ਠੀਕ ਹੈ ਅਗਰ ਨਹੀਂ ਹੈ ਤੇ ਮੇਰਾ ਵੀਰ ਈਜ਼ੀ ਆਪਣੇ ਬਣਵਾ ਕੇ ਫੇਰਾ ਦਮਾਂਦਾ ਤੁਸੀਂ ਕਰ ਲੈਣਾ ਠੀਕ ਹੈ ਉਸ ਤੋਂ ਬਾਅਦ IMS ਦੀ ਵੈਬਸਾਈਟ ਤੇ ਇਹ ਦਮੰਦਾ ਹੋਣਾ ਜੀ ਠੀਕ ਹੈ IMS ਦੀ ਵੈਬਸਾਈਟ ਤੇ ਤੁਸੀਂ ਸਪੈਡ ਆਈਡੀ ਦੇ ਨਾਲ ਠੀਕ ਹੈ ਐਂਟਰਾ ਕੋਨ ਇਦ ਸਪੈਡ ਆਈਡੀ ਦੇ ਨਾਲ ਤੁਸੀਂ ਆਪਣੀ ਐਨਓ ਲੌਗਇਨ ਕਰ ਲੈਣਾ ਇੱਥੇ ਅਕਨਸੈਂਟ ਤੋਂ ਦੇ ਉੱਪਰ ਕਲਿੱਕ ਕਰ ਦੇਣਾ ਜੀ ਮੈਂ ਆਲਰੇਡੀ ਆਪਣਾ ਓਪਨ ਕੀਤੀ ਹੋਈ ਸੀ ਜਿੱਦੀ ਵਜ੍ਹਾ ਨਾਲ ਸ਼ੋ ਹੋਇਆ ਅੱਛਾ ਦੋਸਤੋ ਇਹ ਪੇਜ ਤੁਹਾਡੇ ਸਾਹਮਣੇ ਸ਼ੋ ਹੋ ਜਾਏਗਾ ਠੀਕ ਉਸ ਤੋਂ ਬਾਅਦ ਮੇਰੇ ਦੋਸਤੋ ਤੁਸੀਂ ਇੱਥੇ ਸਰਚ ਕਰਨਾ ਮੈਂ ਆਲਰੇਡੀ ਮੇਰੇ ਦੋਸਤੋ ਮੈਂ ਆਲਰੇਡੀ ਦਮਾਂਦਾ ਕਰ ਦਿੱਤਾ ਹੋਇਆ ਹੈ ਲੇਕਿਨ ਮੈਂ ਆਪਣੇ ਦੋਸਤਾਂ ਲਈ ਜਿਹੜਾ ਨਾ ਵੀਡੀਓ ਰਿਕਾਰਡ ਕੀਤੀ ਹੋਈ ਹੈ ਠੀਕ ਹੈ ਫਿਲਹਾਲ ਇੱਥੋਂ ਤੱਕ ਜਿਹੜਾ ਨਾ ਮੈਂ ਤੁਹਾਨੂੰ ਐਸੇ ਤਰ੍ਹਾਂ ਹੀ ਦੱਸਣਾ ਜ਼ਰਾ ਗੌਰ ਨਾਲ ਠੀਕ ਹੈ ਜੀ ਇਹ ਦੇਖੋ ਅਜੇ ਮੈਂ a double s ਹੀ ਲਿਖਿਆ ਵੇ क्योंकि लोग ज्यादा यह सर्च करते पे ने ठीक है यह देखो पहले नंबर तो आ गया जी असेनियो ऊनीको एनीवरसाले फिर इीली आकारिको अगर है इतने ना शो हो डबल एस लिखना तो तुसा की लिखना जी ए डबल एस ई जी एन ओ ठीक है जी यू एन आई सीओ ऊनीको लिख लो ना फिर शो हो जाएगा बाकी मैं उम्मीद है ए डबल एस लिखोगे फिर ही शो हो जाएगा ठीक है यह जी पहली ऑप्शन आ रही है ना जी एनूर देख लो पढ़ लो एपर क्लिक कर देना ਜੇ ਦੋ ਇਹਦੇ ਉੱਪਰ ਕਲਿੱਕ ਕਰੋਗੇ ਇੱਥੇ نیچے ਆ ਜਾਣਾ ਤੁਸਾਂ ਇਹ ਦੇਖੋ बार-बार ਕਹਿ ਰਹੇ ਨੇ ਕਿ ਇਜ਼ੇ ਇਜ਼ੇ ਵਾਲਿਦ ਹੋਣੇ ਚਾਹੀਦੇ ਨੇ ਤੁਹਾਡੇ ਠੀਕ ਹੈ ਅਗਰ ਤੁਹਾਡੇ ਇਜ਼ੇ ਆਲਰੇਡੀ ਬਨੇ ਹੋਏ ਨੇ ਠੀਕ ਹੈ ਤੇ ਤੁਸੀਂ ਇਹਦਾ ਮੰਦਾ ਕਰ ਸਕਦੇ ਜੀ ਕੰਪੋਨੈਂਟ ਦੀ ਬੈਂਤੂ ਨੂੰ ਆਣੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣਾ ਕਿੰਨੀ ਦੇਰ ਤੱਕ ਪੈਸੇ ਮਿਲਨੇ ਨੇ ਠੀਕ ਹੈ ਤੇ ਇਹ ਵੀਡੀਓ ਜਿਹੜੀਆਂ ਨਾ ਮੇਰੀਆਂ ਅਸੇਨੀਓਨਿਕੋ ਪੈਰੀਫੀਲੀ ਪਾਰਟ 1 ਤੇ ਪਾਰਟ 2 ਇਹ لازਮੀ ਦੇਖ ਲਓ ਕਿ ਕਿੰਨੇ-ਕਿੰਨੇ ਪੈਸੇ ਮਿਲਨੇ ਨੇ ਉਸ ਤੋਂ ਬਾਅਦ ਮੈਨੂੰ ਦੋਸਤੋ ਇੱਥੇ ਤੁਸੀਂ ਹੁਣ ਕੀ ਕਰਨਾ ਇੱਥੇ ਆ ਦੇਖੋ ਉੱਪਰ ਵੀ ਲਿਖਿਆ ਆ ਜੀ ਇਹ ਚੇਤੀ ਵਾਲੇ ਸਰਵਿਸਿਓ ਤੇ نیچے ਵੀ ਲਿਖਿਆ ਠੀਕ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਕਲਿੱਕ ਕਰ ਦਿਓ ਮੈਂ ਕਲਿੱਕ ਕੀਤਾ ਉਸ ਤੋਂ ਬਾਅਦ ਇਹ ਆਪਸ਼ਨ ਆ ਜਾਂਦੀ ਹੈ ਠੀਕ ਹੈ ਅਗਰ ਤੁਸੀਂ ਕਿਸੇ ਕਾਪਦੇ ਦਫਤਰ ਤੇ ਹੋ ਠੀਕ ਹੈ ਫਿਰ ਇਹ ਉਹਨਾਂ ਲਈ ਆਪਸ਼ਨ ਹੈ ਇਹਨੂੰ ਤੁਸੀਂ ਨਹੀਂ ਛੇੜਨਾ ਠੀਕ ਹੈ ਇਹ ਜੈਨੀ ਤੋੜੀ ਹੈ ਯਾਨੀ ਕਿ ਮਾਪਿਓਲੀ ਠੀਕ ਹੈ ਤੁਸੀਂ ਇਹ ਪਹਿਲੀ ਜਿਹੜੀ ਆਪਸ਼ਨ ਹੈ ਨਾ ਇਹਨੂੰ ਬਿਲਕੁਲ ਨਹੀਂ ਛੇੜਨਾ ਤੁਸੀਂ ਇਹ ਦੂਸਰੀ ਆਪਸ਼ਨ ਨੂੰ ਛੇੜਨਾ ਠੀਕ ਹੈ ਸੈਨੀਓ ਯੂਨੀਕੋ ਇਹ ਯੂਨੀਵਰਸਲ ਹੈ ਠੀਕ ਹੈ ਇਹਦੇ ਉੱਪਰ ਮੈਂ ਕਲਿੱਕ ਕਰਨਾ ਜੀ ਉਸ ਤੋਂ ਬਾਅਦ ਇਹ ਦੇਖੋ ਇਹ ਬੇਜ ਓਪਨ ਹੋ ਗਿਆ ਠੀਕ ਹੈ ਇੱਥੇ ਆ ਦੇਖੋ ਜੀ نیچے ਲਿਖਿਆ ਆ

ਚੱਲਣ ਲੱਗ ਪਏ ਠੀਕ ਹੈ ਐਕਟੀਵੇਟ ਹੋ ਜਾ ਉਸ ਤੋਂ ਬਾਅਦ ਹੁਣ ਤੁਸਾਂ ਦੁਮਾਂਦਾ ਕਰਨ ਲਈ ਕੀ ਕਰਨਾ ਜੀ ਆ ਦੇਖੋ ਪਹਿਲੇ ਨੰਬਰ ਤੇ ਆਪਸ਼ਨ ਹੈ ਜੀ ਨੋਵਾ ਦੁਮਾਂਦਾ ਠੀਕ ਹੈ ਇੱਥੇ نیچے ਵੀ ਲਿਖਿਆ ਹੈ ਕੌਮੇ ਤੇ ਤੋਰੇ ਦੇਲੇ ਜੇਨੇ ਤੋਰੇ ਲੇਕਿਨ ਤੁਸੀਂ ਬਿਹਤਰ ਹੈ ਇਹਦੇ ਉੱਪਰ ਕਲਿੱਕ ਕਰੋ ਠੀਕ ਹੈ ਨੋਵਾ ਦੁਮਾਂਦਾ ਠੀਕ ਹੈ ਇਹਦੇ ਉੱਪਰ ਮੈਂ ਕਲਿੱਕ ਕਰਨਾ ਉਸ ਤੋਂ ਬਾਅਦ ਇਹ ਪੇਜ ਆ ਗਿਆ ਅਗੋਂ ਮੈਂ ਵੀਡੀਓ ਰਿਕਾਰਡ ਕੀਤੀ ਹੋ ਮੈਂ ਪਲੇ ਕਰ ਦੇਣਾ ਠੀਕ ਹੈ ਮੇਰੇ ਦੋਸਤੋ तो दोस्तों अपना इतने तसा हम जरा ना कि करना आ नीचे लिखे है जी अपना प्रेजेंट ठीक है इन क्वालिटी इनकॉलिता दी इतनी पहले नंबर जरा ना वो तुसां क्लिक कर देना ठीक है जानी तौरे उपर उस तो बाद इतने अपने बच्चे का ठीक है अपने बेटा थोड़ा तो या बेटी है जी छोटी है यानी ठीक है ओद अद फीस कॉलेज फेल करना ਠੀਕ ਹੈ ਕਿਸੇ ਇੱਕ ਬੱਚੇ ਦਾ ਅਗਰ 2 3 4 ਬੱਚੇ ਨੇ ਤੁਹਾਡੇ ਕਿਸੇ ਇੱਕ ਛੋਟੇ ਬੱਚੇ ਦਾ ਜਿਹੜਾ ਨਾ ਤੁਸੀਂ ਇੱਥੇ ਕੋਦੇਚ ਫਿਜ਼ੀਕਲ ਐਂਟਰ ਕਰ ਦੇਣਾ ਜਦੋਂ ਇੱਥੇ ਤੁਸੀਂ ਬੱਚੇ ਦਾ ਕੋਦੇਚ ਫਿਜ਼ੀਕਲ ਐਂਟਰ ਕਰ ਦੋ ਉਸ ਤੋਂ ਬਾਅਦ ਇੱਥੇ ਤੁਸੀਂ ਗੁੱਡ ਲਾ ਦੇਣੀ ਹੈ ਕਿ ਆ ਬੱਚਾ ਜਿਹੜਾ ਨਾ ਮੈਂ ਕਰੇ ਮੇਰੇ ਘਰੀ ਕੋਤੇ ਵਿੱਚ ਠੀਕ ਹੈ ਮੈਂ ਘਰੀ ਕੋ ਕੀਤਾ ਹੋਇਆ ਉਸ ਬਾਅਦ ਪੁੱਛਦਾ ਫੀਲ ਹੋ ਜਿਹੜਾ ਦੀ ਜ਼ਾਬਿਲ ਹੈ ਤੁਸੀਂ ਕਲਿੱਕ ਕਰ ਦੇਣਾ ਜੀ ਨੋ ਠੀਕ ਹੈ ਅਗਰ ਦੀ ਜ਼ਾਬਿਲ ਹੋ ਫਿਰ ਸੀ ਕਰ ਦੇਣਾ ਉਸ ਤੋਂ ਬਾਅਦ ਤਿੰਨ ਆਪਸ਼ਨ ਆਉਂਦੀਆਂ ਠੀਕ ਹੈ ਪਹਿਲੇ ਦੇ ਵਿੱਚ ਕਿ ਆਪਣਾ ਮਾਂ ਪਿਓ ਜਿਹੜੇ ਨੇ ਬੱਚੇ ਦੇ ਉਹ ਇਕੱਠੇ ਰਹਿੰਦੇ ਨੇ ਤੇ ਫਿਰ ਪਹਿਲੇ ਹੀ ਆਪਸ਼ਨ ਹੈ ਦੂਸਰੀ ਦੇ ਵਿੱਚ ਕਿ ਤਲਾਕ ਵਗੈਰਾ ਹੋ ਗਈ ਕੋਈ ਇਸ ਤਰ੍ਹਾਂ ਦਾ ਚੱਕਰ ਹੈ ਫਿਰ ਦੂਸਰੇ ਤੇ ਕਲਿੱਕ ਕਰ ਦੇਣਾ ਠੀਕ ਤੇ ਤੀਸਰੇ ਦੇ ਵਿੱਚ ਕਿ ਸਿਰਫ ਇੱਕ ਹੀ ਹੈ ਜਾਂ ਮਾਂ ਵੇ ਜਾਂ ਪਿਓ ਵੇ ਠੀਕ ਹੈ ਉਹ ਤੀਸਰੇ ਲਈ ਹੈ ਤੇ ਮੈਂ ਪਹਿਲੇ ਨੰਬਰ ਵਾਲੀ ਆਪਸ਼ਨ ਜਿਹੜੀ ਹੈ ਨਾ ਦੋਸਤੋ ਮੈਂ ਉੱਪਰ ਕਲਿੱਕ ਕਰ ਦਿੱਤਾ ਉਸ ਤੋਂ ਬਾਅਦ ਇੱਥੇ ਕਹਿ ਰਿਹਾ ਜੀ ਆਲਟਰੋਜੇਨੀਟਰ ਉਹਨਾਂ ਕੋ ਦੀ ਚ ਫਿਸਕਲ ਮੀਰਾ ਠੀਕ ਹੈ ਤਾਂ ਹੁਣਾਂ نیچے ਜਿਹੜਾ ਨਾ

ਤੇ ਇੱਥੇ ਪਹਿਲੀ ਆਪਸ਼ਨ ਦੇ ਵਿੱਚ ਜੀ ਸਾਰੇ ਦੇ ਸਾਰੇ ਪੈਸੇ ਜਿਹੜਾ ਬੰਦਾ ਜਿਹਨੇ ਆਪਣੀ ਸੁਪੇ ਦਾੜੀ ਤੋਂ ਆਈਡੀ ਲੌਗਇਨ ਕੀਤੀ ਹੈ ਸਾਰੇ ਦੇ ਸਾਰੇ ਪੈਸੇ ਉਹਨੂੰ ਮਿਲਣ ਠੀਕ ਹੈ ਦੂਸਰੀ ਤੇ ਤੀਸਰੀ ਆਪਸ਼ਨ ਦੇ ਲੈਣਾ ਮੇਰੇ ਦੋਸਤੋ ਤੁਸੀਂ ਗੌਰ ਨਾਲ ਦੇਖ ਲਓ ਕਿਉਂਕਿ ਮੈਂ ਤੇ ਪਹਿਲੀ ਆਪਸ਼ਨ ਦੇ ਉੱਪਰ ਕਲਿੱਕ ਕਰਨ ਲੱਗਾ ਠੀਕ ਹੈ ਦੂਸਰੀ ਤੀਸਰੀ ਦੇ ਵਿੱਚ 50 50% ਵਗੈਰਾ ਠੀਕ ਹੈ ਤੇ ਮੈਂ ਖੋਦੀ ਜਿਉਂਕਿ ਮੈਂ ਆਪਣੀ ਸੁਪੇ ਦਾੜੀ ਤੋਂ ਲੌਗਇਨ ਕੀਤਾ ਤਾਂ ਦਮੰਦਾ ਮੈਂ ਕਰਨਾ ਪਿਆ ਤਾਂ ਇਸ ਲਈ ਮੈਂ ਆਪਣਾ ਹੀ ਬੰਬਰ ਜਿਹੜਾ ਨਾ ਉਹ ਦਵਾਂਗਾ ਠੀਕ ਹੈ ਦੋਸਤੋ ਦੋਨੋਂ ਪ੍ਰਾਈਵੇਸੀਆਂ ਪਹਿਲੇ ਤੇ ਤੁਸਾਂ ਗੁੱਡ ਲਾ ਦੇਣੀ ਹੈ ਦੂਸਰੇ ਤੇ ਨਹੀਂ ਲਾਣੀ ਦੂਸਰੇ ਤੇ ਤਾਂ ਲਾਣੀ ਹੈ ਜੇ ਅਗਰ ਦੋਨੋਂ ਬੱਚੇ ਦੇ ਦੋਨੋਂ ਮਾਪੇਬ ਦੋਨੋਂ ਕੰਮ ਕਰਦੇ ਹੋਣਗੇ ਤੇ ਫਿਰ ਤੁਸਾਂ ਇੱਥੇ ਗੁੱਡ ਲਾਣੀ ਹੈ ਠੀਕ ਹੈ ਤੇ ਅੱਛਾ ਦੋਸਤੋ ਦੇਖੋ نیچے ਲਿਖਿਆ ਜੀ ਅਜੁੰਜੀ ਫਿਲੀ ਠੀਕ ਹੈ ਅਗਰ ਤੁਹਾਡਾ ਕੋਈ ਦੇਖੋ ਉੱਪਰ ਤੁਸਾਂ ਇੱਕ ਬੱਚੇ ਦਾ ਲਿਖਿਆ ਤੇ ਇੱਥੇ ਅਜੁੰਜੀ ਫਿਲੀ ਕਰੋਗੇ ਇੱਥੇ ਤੁਸੀਂ ਮਜ਼ੀਦ ਆਪਣਾ ਦੋ ਤਿੰਨ ਜਿੰਨੇ ਵੀ ਤੁਹਾਡੇ ਬੱਚੇ ਨੇ ਨਾ ਤੁਸੀਂ ਉਹਨਾਂ ਨੂੰ ਕਰ ਲੈਣਾ ਐਡ ਲੇਕਿਨ ਮੈਂ ਕੈਨਸਲ ਕਰ ਦਿੰਨਾ ਠੀਕ ਹੈ ਉਹੀ ਤਰੀਕਾ ਕਰ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਵੇ ਉਸ ਤੋਂ ਬਾਅਦ ਅਵੰਦੀ ਕਰ ਦੇਣਾ ਠੀਕ ਹੈ ਅਵੰਦੀ ਕਰਾਂਗੇ ਇੱਥੋਂ ਉਹਨਾਂ ਦੇ ਕੋਈ 1 2 3 4 5 ਆਪਸ਼ਨ ਆ ਗਏ ਨੇ ਜਿਹਦੇ ਥਰੂ ਤੁਸੀਂ ਪੈਸੇ ਲੈ ਸਕਦੇ ਹੋ ਪਹਿਲੀ ਆਪਸ਼ਨ ਹੈ ਜੀ ਉੱਤੇ ਤੁਸੀਂ ਆਪਣਾ ਆਪਣੇ ਬੈਂਕ ਦੇ ਥਰੂ IBAN ਨੰਬਰ ਦੋ ਠੀਕ ਹੈ ਦੂਸਰੀ ਤੀਸਰੀ ਛੱਡ ਦੋ ਤੇ ਆਪਣਾ ਅਗੋ ਚੌਥੀ ਹੈ ਚੌਥੀ ਦੇ ਵਿੱਚ ਅਗਰ ਤੁਸੀਂ ਇਟਲੀ ਤੋਂ ਬਾਹਰ ਤੁਸੀਂ ਲੈਣਾ ਚਾਹੋ ਆਪਣੇ ਸਪਾ ਬੈਂਕ ਦੇ ਜ਼ਰੀਏ ਉਹਦਾ ਹੀ ਬਨ ਨੰਬਰ ਦੋ ਠੀਕ ਹੈ ਤੇ ਆਖਰੀ ਜਿਹੜੀ ਆਪਸ਼ਨ ਹੈ ਉਹ ਜੀ ਕਾਰਤਾ ਪ੍ਰੇਪ ਕਾਰਤਾ ਇਬਨ ਆਪਣੇ ਜਿਹੜਾ ਨਾ ਪ੍ਰੇਪ ਕਾਰਤਾ ਕਾਰਡ ਪ੍ਰੀਪੇਡ ਕਾਰਡ ਜਿਹਦੇ ਵਿੱਚ ਅਸੀਂ ਖੁਦ ਪੈਸੇ ਇਕਾਰਿਕਾ ਕਰਨੇ ਆ ਠੀਕ ਹੈ ਉਹਦੇ ਉੱਪਰ ਵੀ ਪਤਾ ਇਬਨ ਨੰਬਰ ਲਿਖਿਆ ਹੁੰਦਾ ਉਹ ਇਬਨ ਨੰਬਰ ਤੁਸੀਂ ਇੱਥੇ ਦੇ ਸਕਦੇ ਹੋ ਲੇਕਿਨ ਮੈਂ ਜਿਹੜਾ ਨਾ ਪਹਿਲੀ ਆਪਸ਼ਨ ਦੇ ਉੱਪਰ ਕਲਿੱਕ ਕਰਨਾ ਠੀਕ ਹੈ ਤੇ ਇੱਥੇ ਮੈਂ ਆਪਣੇ ਬੈਂਕ ਦਾ ਇਬਨ ਨੰਬਰ ਐਡ ਕਰਨ ਲਗਾ ਐ ਮੈਂ ਆਪਣੇ ਬੈਂਕ ਦਾ ਇਬਨ ਨੰਬਰ ਐਡ ਕਰ ਦਿੱਤਾ ਜੀ ਠੀਕ ਹੈ ਉਸ ਤੋਂ ਬਾਅਦ ਮੈਂ ਅਵਾਂਤੀ ਦੇ ਉੱਪਰ ਕਲਿੱਕ ਕਰਨਾ ਤੁਸੀਂ ਵੀ ਸੇਮ ਇਹ ਪ੍ਰੋਸੈਸ ਕਰਨਾ ਠੀਕ ਹੈ ਉਸ ਤੋਂ ਬਾਅਦ ਦੋਸਤੋ ਇਹ ਨਿਕਲਿਆ ਡੱਬਾ ਹੈ ਦੇ ਉੱਤੇ ਤੁਸੀਂ ਗੁੱਡ ਲਾ ਦੇਣੀ ਹੈ ਤੇ ਇੱਥੇ نیچے ਕੋ ਡੱਬਾ ਆਏਗਾ ਠੀਕ ਹੈ ਇਹਦੇ ਉੱਪਰ ਵੀ ਤੁਸੀਂ ਗੁੱਡ ਲਾ ਦੇਣੀ ਇਹਨਾਂ ਦੀ ਪ੍ਰਾਈਵੇਸੀ ਵੀ ਸਟੱਡੀ ਕਰਨਾ ਹੁੰਦਾ ਤੁਸੀਂ ਕਰ ਸਕਦੇ ਜੇ ਉਸ ਤੋਂ ਬਾਅਦ ਅਵਾਂਤੀ ਕਰ ਦਵੋਗੇ ਠੀਕ ਹੈ ਜਦੋਂ ਦੋਸਤੋ ਤੁਸੀਂ ਆਵਾਂਤੀ ਕਰ ਦੋਗੇ ਉਸ ਤੋਂ ਬਾਅਦ ਇੱਥੇ ਤੁਹਾਡਾ ਜਿੰਨਾ ਵੀ ਤੁਸੀਂ ਪਿੱਛੇ ਦਮਾਂਦਾ ਕੀਤਾ ਨਾ ਉਹਦੀ ਡਿਟੇਲ ਜਿਹੜੀ ਇਹਨੂੰ ਇੱਥੇ ਓਪਨ ਹੋ ਜਾਏਗੀ ਠੀਕ ਹੈ ਤੁਸੀਂ ਇੱਕ ਦਫਾ ਮੁਕੰਮਲ ਸਟੱਡੀ ਕਰ ਲੈਣਾ ਕਿ ਜਿਹੜੇ ਤੁਸੀਂ ਡਾਕੂਮੈਂਟ ਦੇ ਨੰਬਰ ਦਿੱਤੇ ਨੇ ਉਹ ਬਿਲਕੁਲ ਠੀਕ ਦਿੱਤੇ ਨੇ ਠੀਕ ਹੈ ਕਿ ਨਹੀਂ ਠੀਕ ਦਿੱਤੇ ਉਹ ਤੁਸੀਂ ਆਪਨਾ ਹੀ ਤੋਂ ਦੇਖ ਲੈਣਾ ਆ ਦੇਖੋ نیچے ਲਿਖਿਆ ਹੈ ਜੀ ਕਿ ਇਜ਼ੇ ਦੇ ਨੇ 5000 ਯੂਰੋ ਤੋਂ ਜ਼ਿਆਦਾ ਨਾ ਹੋਣ ਰੇਦੀ ਤੋਂ ਦੀ ਗੱਲ ਨਹੀਂ ਕਰਦਾ ਪਿਆ ਇਜ਼ੇ ਦੀ ਗੱਲ ਕਰਨਾ ਪਿਆ ਠੀਕ ਹੈ ਇਜ਼ੇ 5000 ਯੂਰੋ ਤੋਂ ਜ਼ਿਆਦਾ ਨਾ ਹੋ ਠੀਕ ਉਸ ਬਾਅਦ ਆਪਣਾ ਤੁਸਾਂ ਇਥੋਂ نیچے ਆ ਜਾਣਾ نیچے ਇਥੇ ਤੁਸਾਂ ਆਪਣਾ ਈਵਨ ਨੰਬਰ ਵੀ ਦੇਖ ਲੈਣਾ ਬਿਲਕੁਲ ਠੀਕ ਲਿਖਿਆ ਨਾ ਤੇ ਈਵਨ ਨੰਬਰ ਵੀ ਆਪਣਾ ਤਸੱਲੀ ਕਰ ਲੈਣੀ ਹੈ ਉਸ ਬਾਅਦ نیچے ਆ ਜਾਣਾ ਤੇ نیچے ਆ ਕੇ ਦੋਸਤੋ ਇਹ ਦੇਖੋ ਇਨਵੀਆ ਦਮਾਂਦਾ ਠੀਕ ਹੈ ਇਹਦੇ ਉੱਪਰ ਕਲਿੱਕ ਕਰੋਗੇ ਯੈਸ ਨੋ ਦੀ ਆਪਸ਼ਨ ਆਏਗੀ ਤੇ ਇਥੋਂ ਤੁਸਾਂ ਸੀ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਇਹ ਦਮੰਦਾ ਮੇਰਾ ਜਰਾਂਜੀ ਹੋ ਗਿਆ ਠੀਕ ਹੈ ਮੇਰਾ ਕੋਦੇ ਚ ਫਿਸਕਲ ਆ ਗਿਆ ਤੇ ਇਹ ਦਮੰਦ ਦਾ ਨੰਬਰ ਅੱਗੇ ਆ ਗਿਆ ਠੀਕ ਹੈ ਇੱਥੋਂ ਉਹ ਕਹਿ ਰਹੇ ਨੇ ਜੀ ਆਪਣਾ ਰਸੀਬ ਹੁਤਾ ਜਰਾਂ ਨਾ ਤੁਸੀਂ ਥੋੜੇ ਟਾਈਮ ਤੋਂ ਬਾਅਦ ਜਰਾਂ ਨਾ ਨਈ ਪ੍ਰੋਸੀਮੇ ਜੋੜਨੀ ਦੇਵੇ ਤੁਸੀਂ ਲੈ ਸਕਦੇ ਜੇ ਲੇਕਿਨ ਇਹ ਤੇ ਆ ਦੇਖੋ ਨਾਲ ਹੀ ਆਪਸ਼ਨ ਹੈ ਬਣੀ ਹੋਈ ਦੀ ਸਕਾਰੀ ਕਾ ਰਸੀਬ ਹੁਤਾ ਇਹਦੇ ਉੱਪਰ ਕਲਿੱਕ ਕਰਾਂਗੇ ਠੀਕ ਹੈ ਤੇ ਸਟਾਰਟ ਡਾਊਨਲੋਡ ਦੇ ਉੱਪਰ ਕਲਿੱਕ ਕਰ ਦਾਂਗੇ ਤੇ ਇੱਥੋਂ ਓਪਨ ਕਰਕੇ ਤੁਸੀਂ ਆਪਣਾ ਜਰਾਂ ਰਸੀਬ ਹੁਤਾ ਨਾ ਉਹ ਤੁਸੀਂ ਦੇਖ ਸਕਦੇ ਜੀ ਉਹਨੂੰ ਰੀਡ ਕਰ ਸਕਦੇ ਜੇ ਮੈਂ ਸ਼ੋ ਵੀ ਕਰਵਾ ਦੇਣਾ ਤੁਹਾਨੂੰ ਇਹ ਜੀਵਤਾ ਓਪਨ ਹੋ ਗਿਆ ਜੀ ਠੀਕ ਹੈ ਇਹਨੂੰ ਤੇ ਆਪਣਾ ਇਥੇ ਮੈਂ ਉਪਰੋਂ ਕੈਨਸਲ ਕਰ ਦਿੰਨਾ ਠੀਕ ਹੈ ਤੇ ਇੱਥੋਂ ਆਪਣਾ ਦਮੰਦਾ ਸਾਡਾ ਹੋ ਗਿਆ ਇਥੋਂ ਮੈਂ ਫਿਰੇ ਕਰ ਦਿੰਨਾ ਜੀ ਦੋਸਤੋ ਤੇ ਆਪਣਾ ਦਮੰਦਾ ਤੁਸਾਂ ਉਮੀਦ ਹੈ ਕਿ ਆਪਣਾ ਕਰ ਲਿਓ ਨਾ ਤੇ ਆਪਣਾ ਵੀਡੀਓ لازਮੀ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਆਪਣੇ ਦੋਸਤਾਂ ਦੇ ਨਾਲ ਤੇ ਇਹਦੇ ਕੋਈ ਛੋਟੇ ਛੋਟੇ ਜਿਹੜੇ ਵੀ ਕੋਈ ਕਨਸੈਪਟ ਹੋਣਗੇ ਇਸ ਤੋਂ ਮੰਦ ਮੁਤਲਕ ਕੇ ਦੁਬਾਰਾ ਤੋਂ ਇਹਨੂੰ ਇਹਦੇ ਵਿੱਚ ਕੋਈ ਤਬਦੀਲੀ ਕਰਨੀ ਕੋਈ ਚੇਂਜਿੰਗ ਕਰਨੀ ਜਾਂ ਕੋਈ ਬੱਚੇ ਐਡ ਕਰਨੇ ਨੇ ਤੇ ਬੱਚੀਆਂ ਇਸ ਤਰ੍ਹਾਂ ਦੇ ਜਿਹੜੇ ਵੀ ਕੋਈ ਛੋਟੇ ਛੋਟੇ ਕੰਮ ਨੇ ਨਾ ਉਹ ਮੇਰੇ ਦੋਸਤੋ ਮੈਂ ਇਨਸ਼ਾਅੱਲਾ ਨਵੀਂ ਵੀਡੀਓ ਦੇ ਵਿੱਚ ਨਾ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ ਵੀਡੀਓ ਕਾਫੀ ਜ਼ਿਆਦਾ ਲੰਬੀ ਹੋਈ ਤਕਰੀਬਨ 12 12 ਮਿੰਟ ਦੀ ਹੋ ਗਈ ਹੈ ਤੇ لازمی ਮੇਰੇ ਦੋਸਤੋ ਆਪਣਾ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ لازمی ਕਰ ਲਿਓ ਜੀ ਆਜਿਓ ਆਪਣੇ ਸਬੀਰ ਨੂੰ ਰੱਬ ਰੱਖਾ ਜੀ